15 ਸਾਲਾਂ ਦਾ ਨੌਜਵਾਨ ਜੋ ਛੋਟੀ ਉਮਰ ਵਿੱਚ ਹੀ ਨਸ਼ੇ ਦੀ ਭੇਟ ਚੜ ਗਿਆ। ਉਹ ਨੌਜਵਾਨ ਜੋ ਸਿਰਫ 9ਵੀਂ ਜਮਾਤ ਵਿੱਚ ਪੜ੍ਹਦਾ ਸੀ, ਜਿਸ ਨੂੰ ਪਿਛਲੇ 1 ਸਾਲ ਤੋਂ ਨਸ਼ੇ ਦੀ ਲੱਤ ਲੱਗੀ ਹੋਈ ਸੀ, ਤੇ ਹੋਇਆ ਇਹ ਕਿ ਨਸ਼ੇ ਦੇ ਕਰਕੇ ਉਹ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ। ਪਰਿਵਾਰ ਦਾ ਇੱਕ ਲੋਤਾ ਪੁੱਤ ਜੋ ਨਸ਼ੇ ਦੀ ਭੇਟ ਚੜ ਗਿਆ, ਆਪਣੇ ਦੋਸਤਾਂ ਦੇ ਨਾਲ ਬਾਹਰ ਗਿਆ ਸੀ, ਘਰਦਿਆਂ ਦੇ ਨਾਲ ਬਹਾਨਾ ਲਗਾਇਆ ਕਿ ਮੈਂ ਬਾਹਰ ਜਾ ਰਿਹਾ, ਤੇ ਆਪਣੇ ਦੋਸਤਾਂ ਦੇ ਨਾਲ ਉਹ ਚਲਾ ਗਿਆ ਨਸ਼ਾ ਖਰੀਦਣ ਲਈ। ਪਹਿਲਾਂ ਉਹਨਾਂ ਨੇ ਨਸ਼ਾ ਖਰੀਦਿਆ, ਤੇ ਬਾਅਦ ਵਿੱਚ ਦੋਸਤਾਂ ਦੇ ਨਾਲ ਹੀ 15 ਸਾਲਾਂ ਦੇ ਨੌਜਵਾਨ ਅਰਸ਼ਪ੍ਰੀਤ ਨੇ ਇੰਜੈਕਸ਼ਨ ਲਗਾ ਲਿਆ ਖੁਦ ਨੂੰ ਨਸ਼ੇ ਦਾ, ਤੇ ਬਾਅਦ ਵਿੱਚ ਉਸਦੀ ਹਾਲਤ ਵਿਗੜ ਗਈ। ਤੇ ਜਦੋਂ ਹਾਲਤ ਵਿਗੜੀ ਤਾਂ ਇੱਕ ਦੋਸਤ ਤਾਂ ਉਸੇ ਵੇਲੇ ਭੱਜ ਗਿਆ, ਤੇ ਦੂਸਰੇ ਦੋਸਤ ਨੇ ਘਰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਅਰਸ਼ਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਹਸਪਤਾਲ ਵੀ ਲਿਜਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚ ਸਕੀ ਤੇ ਉਹ ਨਸ਼ੇ ਦੇ ਕਰਕੇ ਮੌਤ ਦੇ ਮੂੰਹ ਵਿੱਚ ਚਲਾ ਗਿਆ, ਉਸਦੀ ਜਾਨ ਚਲੀ ਗਈ। 15 ਸਾਲਾਂ ਦਾ ਅਰਸ਼ਪ੍ਰੀਤ ਜੋ ਆਪਣੇ ਮਾਪਿਆਂ ਦਾ ਇੱਕ ਲੋਤਾ ਪੁੱਤ ਸੀ, ਇੰਨੀ ਛੋਟੀ ਉਮਰ ਵਿੱਚ ਉਸਦਾ ਚਲਾ ਜਾਣਾ, ਵੱਡੀ ਉਮਰ ਦੇ ਨੌਜਵਾਨ ਸਮੇਤ ਹੋਰ ਕਾਫੀ ਸਾਰੇ ਲੋਕ, ਕਈ ਲੜਕੇ ਲੜਕੀਆਂ ਵੀ ਨਸ਼ੇ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ, ਜੋ ਕਿ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ ਕਾਫੀ ਚਿੰਤਾ ਦੀ ਗੱਲ ਹੈ। ਜਿੱਥੇ ਇਹ ਘਟਨਾ ਵਾਪਰੀ, ਉੱਥੋਂ ਦੇ ਪਿੰਡ ਦੇ ਲਈ, ਉਸ ਜ਼ਿਲ੍ਹੇ ਲਈ ਸਮੇਤ ਪੂਰੇ ਪੰਜਾਬ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਦੁੱਖ ਹੈ। ਲੋਕ ਵੀ ਕਾਫੀ ਚਿੰਤਾ 'ਚ ਨੇ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਲਗਾਤਾਰ ਧੱਸਦਾ ਜਾ ਰਿਹਾ। ਅਤੇ ਇਸ ਘਟਨਾ ਤੋਂ ਬਾਅਦ ਵੀ ਕਾਫੀ ਚਿੰਤਾ ਦੇ ਵਿੱਚ ਲੋਕ ਨੇ, ਪੰਜਾਬ ਦੇ ਲੋਕ ਨੇ, ਕਿ ਕਿਸ ਤਰ੍ਹਾਂ ਨਸ਼ਾ ਜੋ ਹੈ ਉਹ ਛੋਟੀ ਉਮਰ ਦੇ ਬੱਚੇ ਨੂੰ ਵੀ ਆਪਣੀ ਗ੍ਰਿਫਤ ਵਿੱਚ ਉਸਨੇ ਲੈ ਲਿਆ। ਇਹ ਮਾਮਲਾ ਤਰਨ ਤਾਰਨ ਜ਼ਿਲ੍ਹੇ ਦੇ ਵੈਰੋਵਾਲ ਥਾਣਾ ਅਧੀਨ ਆਉਂਦੇ ਅਲਵਾਲ ਪਿੰਡ ਦਾ ਹੈ, ਜਿੱਥੇ ਨਸ਼ੇ ਦੀ ਓਵਰਡੋਸ ਕਰਕੇ 15 ਸਾਲਾਂ ਦੇ ਨੌਜਵਾਨ ਜੋ 9ਵੀਂ ਜਮਾਤ ਵਿੱਚ ਪੜ੍ਹਦਾ ਸੀ, ਅਰਸ਼ਪ੍ਰੀਤ ਦੀ ਮੌਤ ਹੋ ਗਈ। ਅਰਸ਼ਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ, ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਅਰਸ਼ਪ੍ਰੀਤ ਕਿਸੇ ਕੰਮ ਦੇ ਬਹਾਨੇ ਬਾਹਰ ਚਲਾ ਗਿਆ, ਅਤੇ ਇਸ ਤੋਂ ਬਾਅਦ ਦੋਸਤਾਂ ਦੇ ਨਾਲ ਪਿੰਡ ਧਾਰੜ ਦੇ ਵਿੱਚ ਉਸਨੇ ਆਪਣੇ ਦੋਸਤਾਂ ਨਾਲ ਨਸ਼ਾ ਖਰੀਦਿਆ, ਅਤੇ ਨਸ਼ਾ ਖਰੀਦਣ ਤੋਂ ਬਾਅਦ ਉਸਨੇ ਖੁਦ ਨੂੰ ਇੰਜੈਕਸ਼ਨ ਲਗਾ ਲਿਆ। ਜਦੋਂ ਇੰਜੈਕਸ਼ਨ ਲਗਾਇਆ ਤਾਂ ਉਸ ਤੋਂ ਬਾਅਦ ਹੀ ਉਸਦੀ ਹਾਲਤ ਵਿਗੜੀ ਅਤੇ ਫਿਰ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਹਨਾਂ ਦਾ ਅਰਸ਼ਪ੍ਰੀਤ 9ਵੀਂ ਜਮਾਤ ਵਿੱਚ ਪੜ੍ਹਦਾ ਸੀ, ਅਤੇ ਸਕੂਲ ਵੀ ਘੱਟ ਵੱਧ ਹੀ ਜਾਂਦਾ ਸੀ, ਕਦੇ ਕਦੇ ਜਾਂਦਾ ਸੀ, ਅਤੇ ਫਿਰ ਨਸ਼ੇ ਦੀ ਪੂਰਤੀ ਲਈ ਉਹ ਘਰੋਂ ਪੈਸੇ ਵੀ ਲੈ ਕੇ ਜਾਂਦਾ ਸੀ, ਅਤੇ ਜਿਸ ਦਿਨ ਉਹ ਗਿਆ ਤਾਂ ਉਸ ਦਿਨ ਆਪਣੇ ਦੋਸਤਾਂ ਨਾਲ ਇੰਜੈਕਸ਼ਨ ਲਗਾ ਲਿਆ, ਅਤੇ ਜਦੋਂ ਇੰਜੈਕਸ਼ਨ ਲੱਗਾ ਤਾਂ ਫਿਰ ਉਸਦੀ ਹਾਲਤ ਵਿਗੜੀ, ਅਤੇ ਉਸਦੇ ਦੋਸਤ, ਇੱਕ ਦੋਸਤ ਉਸਦਾ ਉਸੇ ਵੇਲੇ ਭੱਜ ਗਿਆ ਉਸ ਜਗ੍ਹਾ ਤੋਂ, ਅਤੇ ਦੂਸਰੇ ਦੋਸਤ ਨੇ ਘਰ ਵਾਲਿਆਂ ਨੂੰ ਜਾਣਕਾਰੀ ਦਿੱਤੀ, ਅਤੇ ਫਿਰ ਘਰਦਿਆਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਉਸਨੂੰ, ਅਰਸ਼ਪ੍ਰੀਤ ਨੂੰ ਹਸਪਤਾਲ ਪਹੁੰਚਾਇਆ ਗਿਆ, ਅਤੇ ਉੱਥੇ ਉਸਦੀ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਅਰਸ਼ਪ੍ਰੀਤ ਦੇ ਮਾਸੀ ਦੇ ਲੜਕੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਅਰਸ਼ਪ੍ਰੀਤ ਪਿਛਲੇ 1 ਸਾਲ ਤੋਂ ਗਲਤ ਸੰਗਤ ਦੇ ਵਿੱਚ ਸੀ, ਆਪਣੇ ਦੋਸਤਾਂ ਦੇ ਨਾਲ ਉਹ ਨਸ਼ਾ ਕਰਦਾ ਸੀ, ਅਤੇ ਇਸੇ ਕਰਕੇ ਸੋਮਵਾਰ ਨੂੰ ਉਸਨੇ ਆਪਣੇ ਦੋਸਤਾਂ ਦੇ ਨਾਲ ਨਸ਼ੇ ਦਾ ਇੰਜੈਕਸ਼ਨ ਲਗਾ ਲਿਆ, ਅਤੇ ਉਸ ਤੋਂ ਬਾਅਦ ਅਰਸ਼ਪ੍ਰੀਤ ਨੂੰ ਜੰਡਿਆਲਾ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਉਸਦੀ ਨੱਕ ਦੇ ਵਿੱਚੋਂ ਖੂਨ ਵਹਿਣਾ ਸ਼ੁਰੂ ਹੋ ਗਿਆ, ਅਤੇ ਹਾਲਤ ਇੰਨੀ ਗੰਭੀਰ ਹੋ ਗਈ, ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ, ਫਿਰ ਬਾਅਦ ਵਿੱਚ ਉੱਥੇ ਅਰਸ਼ਪ੍ਰੀਤ ਦੀ ਮੌਤ ਹੋ ਗਈ। ਪਰ ਆਪਣੇ ਲੋਤੇ ਪੁੱਤ ਨੂੰ ਖੋਣ ਤੋਂ ਬਾਅਦ ਅਰਸ਼ਪ੍ਰੀਤ ਦੀ ਮਾਂ ਕੁਲਵੰਤ ਕੌਰ ਨੇ ਰੋਂਦੇ ਕੁਰਲਾਉਂਦੇ ਇਹ ਵੀ ਕਿਹਾ ਕਿ ਉਹਨਾਂ ਦੇ ਘਰ ਦਾ ਇੱਕ ਲੋਤਾ ਚਿਰਾਗ ਜੋ ਬੁੱਝ ਚੁੱਕਿਆ ਹੈ, ਅਤੇ ਇਸ ਤੋਂ ਬਾਅਦ ਹੁਣ ਕੋਈ ਹੋਰ ਚਿਰਾਗ ਨਾ ਬੁੱਝੇ, ਇਸ ਲਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਪੁੱਤ ਦੇ ਜੋ ਕਾਤਲ ਨੇ, ਜੋ ਨਸ਼ੇ ਦੇ ਸੌਦਾਗਰ ਨੇ, ਉਹਨਾਂ ਨੂੰ ਫੜਿਆ ਜਾਵੇ, ਸਖ਼ਤ ਤੋਂ ਸਖ਼ਤ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਦਾ ਪੁੱਤ ਜੋ ਇਸ ਤਰ੍ਹਾਂ ਉਸਦੀ ਜਾਨ ਨਾ ਜਾਵੇ, ਅਤੇ ਕੋਈ ਵੀ ਅਜਿਹੀ ਘਟਨਾ ਜਿਹੜੀ ਉਹ ਦੁਬਾਰਾ ਨਾ ਵਾਪਰੇ, ਅਤੇ ਪੰਜਾਬ ਜਿਹੜਾ ਹੈ ਉਹ ਨਸ਼ਾ ਮੁਕਤ ਹੋ ਸਕੇ। ਥਾਣਾ ਵੈਰੋਵਾਲ ਦੇ SHO ਉਪਕਾਰ ਸਿੰਘ ਦੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਅਰਸ਼ਪ੍ਰੀਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਗਈ ਹੈ, ਅਤੇ ਨਾਲ ਹੀ ਘਰਦਿਆਂ ਦੇ ਬਿਆਨਾਂ ਦੇ ਆਧਾਰ 'ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਪਰਚਾ ਵੀ ਦਰਜ ਕੀਤਾ ਗਿਆ, ਅਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਜਲਦ ਹੀ ਉਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਪਰ ਅਰਸ਼ਪ੍ਰੀਤ ਦੀ 15 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਨਸ਼ੇ ਦੇ ਕਰਕੇ ਮੌਤ ਹੋ ਜਾਣਾ ਕਾਫੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਬਾਕੀ ਨੌਜਵਾਨ ਲੜਕੇ ਲੜਕੀਆਂ ਜੋ ਵੱਡੀ ਉਮਰ ਦੇ ਨੇ ਸਮੇਤ ਹੋਰ ਕਾਫੀ ਲੋਕ ਪੰਜਾਬ ਦੇ ਵਿੱਚ ਨਸ਼ੇ ਦੀ ਗ੍ਰਿਫਤ ਵਿੱਚ ਨੇ, ਪਰ 15 ਸਾਲ ਦੇ ਇਸ ਅਰਸ਼ਪ੍ਰੀਤ ਦੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਨਸ਼ੇ ਕਰਕੇ ਮੌਤ ਹੋਣਾ ਕਾਫੀ ਗੰਭੀਰ ਗੱਲ ਹੈ, ਕਿ ਕਿਸ ਤਰ੍ਹਾਂ ਪੰਜਾਬ ਜੋ ਹੈ ਉਹ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਫਸਦਾ ਜਾ ਰਿਹਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਘਟਨਾਵਾਂ ਤੋਂ ਸੇਧ ਲੈਂਦੇ ਹੋਏ ਅੱਗੇ ਅਜਿਹੀਆਂ ਘਟਨਾਵਾਂ ਨਾ ਵਾਪਰਨ, ਉਸ ਲਈ ਸਖ਼ਤ ਐਕਸ਼ਨ ਲਿਆ ਜਾਵੇ, ਕਦਮ ਚੁੱਕੇ ਜਾਣ, ਉਹਨਾਂ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ,
ਤੇ ਨਸ਼ਾ ਵੇਚਣ ਤੋਂ ਜਿਹੜੀ ਹੈ ਉੱਤੇ ਪਾਬੰਦੀ ਲਗਾਈ ਜਾਵੇ, ਨਸ਼ੇ ਦੇ ਸੌਦਾਗਰਾਂ ਨੂੰ ਠੱਲ ਪਾਈ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ। ਫਿਲਹਾਲ ਇਸ ਰਿਪੋਰਟ ਦੇ ਵਿੱਚ ਇਹਨਾਂ ਹੀ, ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ।